ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਰਦਾਰ ਗੋਪਾਲ ਸਿੰਘ ਚਾਵਲਾ। ਅੱਜ ਆਪਾਂ ਗੱਲ ਕਿਸੇ ਮਜ਼ਹਬ ਦੀ ਜਾਂ ਕਿਸੇ ਬੰਦੇ ਦੀ ਨਹੀਂ ਕਰਨੀ, ਅੱਜ ਆਪਾਂ ਗੱਲ ਕਰਨੀ ਹੈ ਇਨਸਾਨੀਅਤ ਦੀ। ਔਰ ਇਨਸਾਨੀਅਤ ਦਾ ਜਿਹੜਾ ਕਤਲ ਹੋ ਰਿਹਾ ਇਸ ਟਾਈਮ, ਉਹ ਹੋ ਰਿਹਾ ਇੰਡੀਆ ਦੇ ਵਿੱਚ। ਔਰ ਕੌਣ ਕਰ ਰਿਹਾ? ਉਹ ਕਰ ਰਿਹਾ ਸ਼ਿਵਸੈਨਾ ਦੇ ਗੁੰਡੇ, ਉਹ ਕਰ ਰਿਹਾ RSS ਦੇ ਗੁੰਡੇ। ਔਰ ਕਿਹਦੇ ਉੱਤੇ ਕਰ ਰਿਹਾ? ਮੁਸਲਮਾਨ ਵੀਰਾਂ ਦੇ ਉੱਤੇ। ਦੇਖੋ, ਇਹ ਨਹੀਂ ਹੈ ਕਿ ਜ਼ੁਲਮ ਕਿਹਦੇ ਨਾਲ ਹੋ ਰਿਹਾ, ਜ਼ੁਲਮ ਕੌਣ ਕਰ ਰਿਹਾ। ਸਿੱਖ ਕੌਮ ਦਾ ਕੰਮ ਹੈ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ, ਜ਼ੁਲਮ ਦੇ ਖਿਲਾਫ ਲੜਨਾ। ਇਹ ਨਹੀਂ ਕਿ ਉਹ ਜ਼ੁਲਮ ਕੌਣ ਕਰ ਰਿਹਾ। ਅੱਜ ਮਜ਼ਲੂਮ ਨੇ ਮੁਸਲਮਾਨ, ਔਰ ਜ਼ਾਲਮ ਹੈ ਮੋਦੀ ਔਰ ਮੋਦੀ ਦੀ ਸਰਕਾਰ। ਸੋ ਸੋਚਣ ਵਾਲੀ ਗੱਲ ਹੈ ਕਿ ਕੋਈ ਛੋਟਾ ਮੋਟਾ ਸ਼ਹਿਰ ਨਹੀਂ ਹੈ, ਉਹ ਸ਼ਹਿਰ ਕਿ ਜਿਹੜਾ ਇੰਡੀਆ ਦਾ ਦਿਲ ਹੈ, ਜਿਹਨੂੰ ਦਿੱਲੀ ਕਹਿੰਦੇ ਹੈ, ਇੰਡੀਆ ਦੇ ਕੈਪੀਟਲ ਹੈ, ਦਾਰੁਲ ਖਲਾਫਾ ਹੈ, ਔਰ ਉਹਦੇ ਵਿੱਚ ਗੁੰਡੇ ਉੱਠਦੇ ਆ, ਮੁਸਲਮਾਨਾਂ ਦਾ ਕਤਲੇਆਮ ਕਰਦੇ ਆ, ਮਸਜਿਦਾਂ ਨੂੰ ਗਿਰਾਉਂਦੇ ਆ, ਔਰ ਉਹਨੂੰ ਕਾਬੂ ਕਰਨ ਵਾਲਾ ਕੋਈ ਵੀ ਨਹੀਂ ਹੈ। ਸੋ ਥੋੜ੍ਹਾ ਜਿਹਾ ਅਗਰ ਤੁਸੀਂ ਕੋਈ ਵੀ ਬੰਦਾ ਉਹ ਇਸ ਗੱਲ ਨੂੰ ਸੋਚ ਲਵੇ ਕਿ ਇਹਨਾਂ ਨਾਲ ਗੌਰਮੈਂਟ ਸ਼ਾਮਲ ਨਹੀਂ ਹੈ, ਕਿ ਇਹਦੇ ਨਾਲ ਮਸ਼ਹੂਰ ਦੁਨੀਆ ਦੇ ਵਿੱਚ ਮਸ਼ਹੂਰ ਬਦਨਾਮ ਜ਼ਮਾਨਾ ਜੰਸੀ ਰਾਓ, ਕੀ ਉਹਦੇ ਸ਼ਾਮਲ ਨਹੀਂ ਹੈ? ਕੀ ਉਹਦੇ ਵਿੱਚ RSS ਸ਼ਾਮਲ ਨਹੀਂ ਹੈ? ਇਹ ਸਾਰਿਆਂ ਦੇ ਵਿੱਚ ਸ਼ਾਮਲ ਨੇ। ਔਰ ਜਿਸ ਤਰ੍ਹਾਂ ਸਿੱਖਾਂ ਨਾਲ 84 'ਚ ਹੋਇਆ ਹੈ, ਸਾਡੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਅੱਜ ਦੁਨੀਆ ਦੇ ਵਿੱਚ ਜਿੱਥੇ ਸਿੱਖ ਬੈਠਾ ਹੈ, ਜਦੋਂ ਉਹਨੂੰ ਯਾਦ ਆ ਜਾਵੇ ਕਿ ਸਾਡੇ ਅਕਾਲ ਤਖ਼ਤ ਨੂੰ ਇਸ ਤਰ੍ਹਾਂ ਗਿਰਾਇਆ ਗਿਆ ਸੀ, ਸੋ ਸਾਡੇ ਦਿਲੋਂ ਨਫ਼ਰਤ ਨਿਕਲਦੀ ਹੈ ਇੰਡੀਆ ਵਾਸਤੇ, ਇੰਡੀਆ ਦੇ ਕਾਨੂੰਨ ਵਾਸਤੇ, ਇੰਡੀਆ ਦੇ ਆਇਨ ਵਾਸਤੇ, ਕਿ ਉਹ ਜ਼ਾਲਮ ਨੇ। ਔਰ ਕਿਸ ਤਰ੍ਹਾਂ ਫਿਰ ਸਾਡੇ ਵਰਗੇ ਬੰਦਿਆਂ ਨੂੰ ਕੀ ਕਰਦੇ ਆ? ਸਾਨੂੰ ਕਦੇ ਕਹਿੰਦੇ ਆ ਕਿ ਮਾਰ ਦਾਂਗੇ, ਸਾਨੂੰ ਧਮਕੀਆਂ ਦਿੰਦੇ ਆ, ਕਦੇ ਸਾਨੂੰ ਲਾਲਚ ਦਿੰਦੇ। ਹੁਣ ਮੈਂ ਮਲੇਸ਼ੀਆ ਗਿਆ ਅਤੇ ਮੇਰੇ ਮਗਰ ਇੱਕ ਸਲਵਾ ਪਿਆ, ਉਹਨੇ ਕਿਹਾ ਤੁਹਾਨੂੰ ਕੈਨੇਡਾ ਸੈਟਲ ਕਰਦੇ ਨੇ, ਤੁਹਾਨੂੰ ਇਹ ਕਰਦੇ ਨੇ, ਤੁਹਾਨੂੰ ਇੰਨੇ ਪੈਸੇ ਦੇ ਦਿੰਦੇ। ਮੈਂ ਐਡਾ ਜ਼ਮੀਰ ਫਰੋਸ਼ ਨਹੀਂ ਹੈਗਾ ਕਿ ਮੈਂ ਆਪਣੇ ਪਾਕਿਸਤਾਨ ਦੇ ਖਿਲਾਫ਼, ਮੈਂ ਆਪਣੇ ਗੁਰੂ ਨਾਨਕ ਸਾਹਿਬ ਦੇ ਦਰ ਦੇ ਖਿਲਾਫ਼, ਮੈਂ ਆਪਣੇ ਖਾਲਿਸਤਾਨ ਦੇ ਖਿਲਾਫ਼ ਕਦਮ ਚੁੱਕਾਂਗਾ, ਕਦੇ ਵੀ ਨਹੀਂ। ਔਰ ਮੈਂ ਇੱਕ ਦੱਸਣਾ ਚਾਹੁੰਦਾ ਇੰਡੀਆ ਨੂੰ ਕਿ ਅੱਜ ਇਹ ਮੁਸਲਮਾਨ ਜਿਹੜਿਆਂ ਨੂੰ ਤੁਸੀਂ ਮਾਰ ਰਹੇ ਹੋ, ਜਿਹਨਾਂ ਨੂੰ ਤੁਸੀਂ ਜ਼ੁਲਮ ਕਰ ਰਹੇ ਹੋ, ਇਹ ਕੋਈ ਥੋੜ੍ਹੇ ਨਹੀਂ ਹੈ, ਇਹ ਤੁਹਾਡਾ ਚੌਥਾ ਹਿੱਸਾ ਹੈ ਇੰਡੀਆ ਦਾ। ਔਰ ਜਿਹਦੀ ਅਗਰ ਤੁਸੀਂ ਮਸਜਿਦ ਗਿਰਾਓਗੇ ਨਾ, ਤਾਂ ਉਹ ਤੁਹਾਨੂੰ ਚੰਗਾ ਨਹੀਂ ਕਹਿਣਗੇ, ਔਰ ਉਹ ਕਹਿਣਗੇ, ਉਹ ਮਜਬੂਰ ਹੋਣਗੇ ਇਸ ਗੱਲ 'ਤੇ ਕਿ ਇੰਡੀਆ ਦਾ ਕਾਨੂੰਨ ਮੁਰਦਾਬਾਦ, ਮੋਦੀ ਮੁਰਦਾਬਾਦ, RSS ਮੁਰਦਾਬਾਦ, ਸ਼ਿਵਸੈਨਾ ਮੁਰਦਾਬਾਦ, ਤੁਹਾਡੀ ਰੋਹ ਮੁਰਦਾਬਾਦ। ਕਿਉਂ ਕਹਿਣਗੇ? ਕਿਉਂਕਿ ਤੁਸੀਂ ਉਹਨਾਂ ਕੋਲ ਕਵਾ ਰਹੇ ਹੋ। ਸਿੱਖਾਂ ਨਾਲ ਵੀ ਤੁਸੀਂ ਇਹ ਕੀਤਾ ਹੈ, 84 ਦੇ ਵਿੱਚ ਤੁਸੀਂ ਸਾਡੇ ਬੱਚੇ ਮਾਰੇ ਨੇ, ਸਾਡੀਆਂ ਔਰਤਾਂ ਨੂੰ ਕਤਲ ਕੀਤਾ ਹੈ, ਸਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਤੁਸੀਂ ਸਾੜੇ ਨੇ। ਅੱਜ ਤੁਹਾਨੂੰ ਅਸੀਂ ਚੰਗਾ ਨਹੀਂ ਕਹਿ ਸਕਦੇ, ਜਿੰਨੀ ਲੱਖ ਸਾਨੂੰ ਲਾਲਚ ਦੇ ਦਿਓ। ਔਰ ਇਹ ਮੁਸਲਮਾਨ, ਇਹ ਤੁਹਾਡਾ ਚੌਥਾ ਹਿੱਸਾ ਮੁਸਲਮਾਨ ਨੇ ਉੱਥੇ ਦੇ, 25 ਕਰੋੜ ਤੋਂ ਵੱਧ ਮੁਸਲਮਾਨ ਨੇ, ਤੁਸੀਂ ਇਹਨਾਂ ਨੂੰ ਆਪ ਮਜਬੂਰ ਕਰ ਰਹੇ ਹੋ ਇੰਡੀਆ ਮੁਰਦਾਬਾਦ ਕਹਿਣ 'ਤੇ। ਔਰ ਇਹ ਜਿਹੜਾ 2020 ਦਾ ਸਾਲ ਹੈ, ਇਹ ਇੰਡੀਆ ਦੇ ਟੋਟੇ ਟੋਟੇ ਹੋਣ ਦਾ ਸਾਲ ਹੈ। ਇਹਦੇ ਵਿੱਚ ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਜ਼ੁਲਮ, ਜਦੋਂ ਜ਼ੁਲਮ ਦੀ ਅਖੀਰ ਹੁੰਦੀ ਹੈ ਤਾਂ ਫਿਰ ਲੋਕ ਫੱਟਦੇ ਨੇ, ਔਰ ਇਹ ਲਾਵੇ ਦੀ ਤਰ੍ਹਾਂ ਫੱਟਦੇ ਨੇ। ਔਰ ਅਗਰ ਇਸ ਤਰ੍ਹਾਂ ਫੱਟਣਗੇ ਤਾਂ ਇੰਡੀਆ ਦੇ ਟੋਟੇ ਟੋਟੇ ਕਰਨਗੇ ਫਿਰ, ਔਰ ਇਹ ਟੋਟੇ ਹੋਣ ਵਾਲੇ ਨੇ। ਕਸ਼ਮੀਰ ਦਾ ਜ਼ੁਲਮ ਵੇਖ ਲਓ ਤੁਸੀਂ, ਇਹ ਦਿੱਲੀ ਜ਼ੁਲਮ ਵੇਖ ਲਓ। ਮੈਂ ਆਪਣੀ ਸਿੱਖ ਕਮਿਊਨਿਟੀ ਦੀ ਤਰਫੋਂ ਆਪਣੇ ਮੁਸਲਮਾਨ ਭਾਈਆਂ ਨੂੰ ਇਹ ਕਹਿੰਦਾ ਕਿ ਇਹ ਜ਼ੁਲਮ ਹੈ, ਔਰ ਤੁਹਾਨੂੰ ਵੀ ਕਹਿੰਦਾ ਮੁਸਲਮਾਨੋ, ਇਕੱਠੇ ਹੋ ਜਾਓ, ਯੂਨਿਟੀ। ਤੁਸੀਂ ਥੋੜ੍ਹੇ ਨਹੀਂ ਹੋ ਇੰਡੀਆ 'ਚ, ਤੁਸੀਂ 25 ਕਰੋੜ ਚੌਥੇ ਹਿੱਸੇ ਤੋਂ ਜ਼ਿਆਦਾ ਹੋ, ਇਕੱਠੇ ਹੋ ਜਾਓ। ਔਰ ਤੁਹਾਨੂੰ ਇਹ ਦੱਸ ਦੇਵਾਂ ਕਿ ਸਾਰੇ ਹਿੰਦੂ ਜ਼ਾਲਮ ਨਹੀਂ ਹੁੰਦੇ, ਇਹ ਬਾਹਮਣਾਂ ਦੀ ਸੋਚ ਇਸ ਤਰ੍ਹਾਂ ਦੀ ਹੈ। ਇਹ ਜਿਹੜਾ ਮੋਦੀ ਕਹਿੰਦਾ ਸੀ, ਇਹ ਦਿਖਾ ਰਿਹਾ ਕਿ ਇਹ ਪਾਕਿਸਤਾਨ ਜਾਓ ਜਾਂ ਕਬਰਿਸਤਾਨ ਜਾਓ, ਇਹਦੇ ਮਨਸ਼ੂਰ 'ਚ ਸੀ। ਔਰ ਅਗਰ ਮੈਂ ਗੱਲ ਕਹਿੰਦਾ, ਅਗਰ ਤੁਹਾਡੇ ਕੋਲ ਇਹ ਨਹੀਂ ਕੰਟਰੋਲ ਹੋ ਰਹੇ ਇੰਡੀਆ ਵਾਲਿਓ, ਫਿਰ ਤੁਸੀਂ ਹਥਿਆਰ ਸੁੱਟ ਦਿਓ। ਅਗਰ ਤੁਸੀਂ ਕਹਿੰਦੇ ਹੋ ਕਿ ਗੌਰਮੈਂਟ ਇਹਦੇ ਨਾਲ ਸ਼ਾਮਲ ਨਹੀਂ ਹੈ, ਤਾਂ ਤੁਸੀਂ ਇਹ ਗੁੰਡਿਆਂ ਨੂੰ ਕਿਵੇਂ ਨਹੀਂ ਕੰਟਰੋਲ ਕਰ ਸਕਦੇ? ਦੱਸੋ, ਸਾਨੂੰ ਕਹੋ, ਫਿਰ ਪਾਕਿਸਤਾਨ ਨੂੰ ਕਹੋ, ਅਸੀਂ ਤੁਹਾਡੇ ਗੁੰਡਿਆਂ ਨੂੰ 4 ਦਿਨਾਂ 'ਚ ਇੰਜ ਮਰੋੜ ਦਿੰਦੇ ਹਾਂ। ਫਿਰ ਇਹਨੂੰ ਕੰਟਰੋਲ ਕਰੋ। ਔਰ ਮੈਂ ਮੁਸਲਮਾਨ ਭਰਾਵਾਂ ਨੂੰ ਆਪਣੇ ਸਿੱਖ ਕੌਮ ਦੀ ਤਰਫੋਂ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਤੁਹਾਡੇ ਵਾਸਤੇ ਸਾਰੇ ਗੁਰਦੁਆਰੇ ਖੋਲ੍ਹ ਦਿੱਤੇ ਗਏ, ਇਸ ਤਰ੍ਹਾਂ ਸਿੱਖਾਂ ਦੇ ਦਿਲ ਤੁਹਾਡੇ ਵਾਸਤੇ ਖੁੱਲ੍ਹੇ ਨੇ। ਅਸੀਂ ਆਪਣੇ ਮੁਸਲਮਾਨ ਵੀਰਾਂ ਦੇ ਨਾਲ ਹੈ, ਔਰ ਇਹਨੂੰ ਅਸੀਂ ਕਹਿੰਦੇ ਹਾਂ ਕਿ ਜ਼ੁਲਮ ਹੈ, ਜ਼ੁਲਮ ਹੈ।
اور اسی ظلم دے خلاف ہاں کیونکہ ساڑے گروہ نے سانو یہ حکم دیتا ہے کہ ظلم دے خلاف لڑنا ہے اور اج ظلم کر رہے ہیں مودی اور ان دی ایک گندی گورنمنٹ ظلم کر رہی ہے اور اسی اس ظلم دے خلاف ہیں اور میں دعوے نال کہنا کہ کشمیر بھی آزاد ہوئے گا خالستان بھی آزاد ہوئے گا اور اسی کٹھے ہوں گے سو مسلمان ویران دے اس دکھ دی کڑی دے وچ اسی سکھ قوم اسی پاکستانی سکھ قوم اسی دنیا دی ساری سکھ قوم اسی انہاں دے نال ہاں اور میں ایک گل اے دستا جاواں کہ میں ملیشیا دے وچ جڑی مینوں لالچاں دتیاں کہ کینیڈا سیٹل کر داں گے امریکہ سیٹ مینوں کچھ وی نہیں چاہیدا ہے مینوں اپنا خالستان چاہیدا ہے اور میں ظلم دے خلاف اے چاولا پہلے بھی لڑیا سی اے چاولا نے پہلے بھی آواز چکی سی اور ہن بھی چکے گا اور سانو اس گل تے مجبور نہ کرو کہ اسی بار بار کہیں کہ ہندوستان مردہ باد کیونکہ ہندوستان چ اچھے لوگ بھی رہندے نے پر اے جڑے چند اے عناصر نے اسی اے چاہنے ہیں کہ سارے مسلمان کٹھے ہون سارے سکھ کٹھے ہون سکھ مسلم دوستی اسی ہون بکھائی ہیں اور انہاں نوں جڑ کو اکھاڑ کے باہر پھینکیے پاکستان زندہ باد خالصتان زندہ باد